ਕਿ ਮੇਰੇ ਵੀਰ ਭਰਾ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਐਡਾ ਵੱਡਾ ਦੇਸ਼ ਤੇ ਉੱਤੋਂ ਦੀ ਐਡੀ ਜ਼ਾਲਮ ਸਰਕਾਰ ਬਿਨਾਂ ਸ਼ਰਤਾਂ ਤੋਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਹੋਈ ਹੈ ਤੁਹਾਡੇ ਹੌਸਲੇ ਨੂੰ ਸਮੋਟ ਬਣਦਾ ਬਹੁਤ ਵੱਡੀ ਗੱਲ ਹੈ ਅੱਜ ਮੈਂ ਉੱਥੇ ਐਂਟਰ ਹੋਇਆ ਮੈਨੂੰ ਸੱਚੀ ਐਂ ਲੱਗਿਆ ਹਰੇ ਝੰਡੇ ਦੇਖ ਕੇ ਐਂ ਲੱਗਿਆ ਵੀ ਕਿਸਾਨਾਂ ਨੇ ਦਿੱਲੀ ਫੱਟੀ ਰੱਖੀ ਹੈ ਪਹਿਲਾਂ ਹੀ ਹਜੇ ਤਾਂ ਐਲਾਨ ਹੀ ਬਾਕੀ ਹੈ ਪਰ ਉਹਦੇ 'ਚ ਦੋ ਤਿੰਨ ਚੀਜ਼ਾਂ ਹੋਰ ਨੇ ਹੁਣ ਜਿੰਨਾ ਵੀ ਮੈਂ ਕਹਿੰਦਾ ਵੀ ਯੂਥ ਇੱਥੇ ਆਇਆ ਖੜਾ ਪੰਜਾਬ ਦਾ ਹਰਿਆਣੇ ਦਾ ਯੂਥ ਆਇਆ ਖੜਾ ਯੂਪੀ ਦਾ ਯੂਥ ਆਇਆ ਖੜਾ ਨੈਸ਼ਨਲ ਮੀਡੀਆ ਦਾ ਜ਼ੋਰ ਲੱਗਿਆ ਪਿਆ ਸਾਨੂੰ ਅੱਤਵਾਦੀ ਘੋਸ਼ਿਤ ਕਰਨ ਲਈ ਟਵੀਟਾਂ ਪੈ ਰਹੀਆਂ ਕਿ ਟੈਰੋਰਿਸਟ ਕਿਸਾਨ ਟੈਰੋਰਿਸਟ ਕਿਸਾਨ ਵੀ ਕੋਈ ਕਹਿ ਰਿਹਾ ਸਿਰਫ ਟੈਰੋਰਿਸਟ ਕਹਿ ਰਹੇ ਨੇ ਜੋ ਲੋਕ ਸਾਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਕਦੇ ਵੀ ਨਹੀਂ ਬਣਨਾ ਇਹ ਅੱਜ ਤੁਹਾਨੂੰ ਅੱਤਵਾਦੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਖਬਰਾਂ ਦੇ ਰਾਹੀਂ ਜੋਸ਼ ਦੇ ਨਾਲ ਹੋਸ਼ ਜ਼ਰੂਰ ਰੱਖਣਾ ਇਹ ਆਪਣੇ ਬਜ਼ੁਰਗ ਨੇ ਜੋ ਆਪਣੀ ਅਗਵਾਈ ਕਰ ਰਹੇ ਨੇ ਆਪਣੀਆਂ ਮਾਵਾਂ ਭੈਣਾਂ ਬੈਠੀਆਂ ਆਪਾਂ ਕੋਈ ਇਹੋ ਜਿਹਾ ਹੁਲਰਬਾਜ਼ੀ ਨਹੀਂ ਕਰਨੀ ਕਦੇ ਵੀ ਜਿਹਦੇ ਨਾਲ ਇਹਨਾਂ ਦੀ ਇੱਜ਼ਤ ਧੱਬਾ ਲੱਗੇ ਅੱਜ ਗੁਰਪੁਰਬ ਦਾ ਦਿਹਾੜਾ ਹੈ ਬਾਬੇ ਨਾਨਕ ਜੀ ਦਾ ਜਨਮ ਦਿਨ ਹੈ ਤੇ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਕਿਰਤ ਕਰਨੀ ਤੇ ਵੰਡ ਛਕਣਾ ਅਸੀਂ ਕਿਰਤੀ ਹਾਂ ਤੇ ਅਸੀਂ ਉਹਨਾਂ ਨੂੰ ਵੀ ਵੰਡ ਛਕਾਇਆ ਜਿਨ੍ਹਾਂ ਨੇ ਸਾਡੇ ਅੱਜ ਡਾਂਗਾਂ ਮਾਰੀਆਂ ਤੇ ਆਪਾਂ ਬਾਬੇ ਨਾਨਕ ਦੀ ਫਿਲਾਸਫੀ ਤੇ ਚੱਲਦੇ ਹਾਂ ਸਾਰੇ ਅੱਜ ਇੱਥੇ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਕੋਈ ਈਸਾਈ ਨਹੀਂ ਸਾਡਾ ਸਭ ਤੋਂ ਵੱਡਾ ਧਰਮ ਰੋਟੀ ਹੈ ਜਿਹੜੀ ਸਾਡੇ ਤੋਂ ਅੱਜ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪੋ ਆਪਣੇ ਵੱਖਰੇ ਨੂੰ ਭੁੱਲ ਕੇ ਆਪੋ ਆਪਣੀਆਂ ਖਿੱਚਾਂ ਤਾਣਾ ਭੁੱਲ ਕੇ ਅੱਜ ਵੀ ਸਾਰੇ ਇਸ ਮੰਚ ਤੇ ਇਕੱਠੇ ਹੋਏ ਆ ਸਾਡੇ ਲਈ ਇਹ ਵਧਾਈ ਦੀ ਗੱਲ ਹੈ ਤੇ ਮੈਂ ਸੱਚੇ ਪਾਤਸ਼ਾਹ ਬਾਬੇ ਨਾਨਕ ਮੂਹਰੇ ਅਰਦਾਸ ਕਰਦਾ ਵੀ ਜੋ ਅੱਜ